ਇਨਸਪਾਇਰ ਪੰਜਾਬ ਟੀਵੀ ਦੇ ਤੁਹਾਡਾ ਸਭ ਦਾ ਸਵਾਗਤ ਹੈ। ਇੱਕ ਨੌਜਵਾਨ ਜੋ ਕਿ ਦਮਾਲਾਵਨ ਕੇ ਨਾਈ ਦੀ ਦੁਕਾਨ ਤੇ ਗਿਆ ਜਿਸ ਦੀ ਕੇ ਸ਼ਤਰੋਲ ਕੀਤੀ ਗਈ। ਇਸੇ ਦੇ ਸਬੰਧ ਵਿੱਚ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ ਜੋ ਕਿ ਕੁਲਦੀਪ ਸਿੰਘ ਦੀਪਾ ਵੱਲੋਂ ਲਿਖੀ ਗਈ ਹੈ। ਇਹਦੇ ਵਿੱਚ ਉਹ ਕਹਿੰਦੇ ਨੇ ਕਿ ਦੀਪ ਸਿੱਧੂ ਬਾਰੇ ਕੀ ਖਿਆਲ ਹੈ ਧੋਤਿਓ? ਉਹਨੇ ਤਾਂ ਦਸਤਾਰ ਦੇ ਨਾਲ ਨਾਲ ਗੁਰੂ ਦੀ ਕਿਰਪਾਨ ਵੀ ਹੱਥ 'ਚ ਫੜੀ ਹੋਈ ਸੀ। ਉਹ ਵੀ ਤਾਂ ਨਾਈ ਕੰਨੀਓਂ ਗੇੜੇ ਕੱਢ ਕੇ ਹੀ ਇਹ ਰੈਲਿਆਂ ਵਿੱਚ ਹਾਜ਼ਰੀਆਂ ਭਰਦਾ ਸੀ ਕੋਈ ਅਕਲ ਨਾਂ ਦੀ ਚੀਜ਼ ਹੈ ਇਹਨਾਂ ਆਪੂ ਬਣੇ ਧਰਮ ਦੇ ਠੇਕੇਦਾਰਾਂ ਕੋਲ ਹੁਣ ਪਰਨੇ ਦਮਲ ਵੀ ਪਿੰਡਰਾਂ ਵਾਲੇ ਦੇ ਹੋ ਗਏ ਬੁਝੜੋ ਇੱਕ ਪਾਸੇ ਤੁਸੀਂ ਗੁਰਦੁਆਰਿਆਂ 'ਚ ਗੋਰਿਆਂ ਕਾਲਿਆਂ ਦੇ ਮੋਦੀ ਅਤੇ ਰਾਹੁਲ ਗਾਂਧੀ ਕੇਜਰੀਵਾਲ ਵਰਗੇ ਅਖੌਤੀ ਮੋਨਿਆਂ ਬੰਦਿਆਂ ਦੇ ਸਿਰਾਂ ਉੱਤੇ ਗੁਰੂ ਬਖਸ਼ੀ ਦਸਤਾਰ ਕਹਿ ਕੇ ਰੱਖ ਦਿੰਦੇ ਹੋ ਤੇ ਦੂਜੇ ਪਾਸੇ ਕੋਈ ਆਮ ਇਨਸਾਨ ਦਾੜੀ ਕੱਟਣ ਵਾਲਾ ਪੱਗ ਤੁਮਾਲਾ ਜਾਂ ਪਰਨਾ ਬੰਨਣਾ ਸਿੱਖ ਰਿਹਾ ਹੋਵੇ ਤਾਂ ਕੁੱਟ ਮਾਰ ਦਾ ਹੱਕਦਾਰ ਤੁਹਾਡੇ ਪੰਜਾਬੀ ਸਿੰਗਰ ਐਕਟਰ ਬੱਬੂ ਮਾਨ ਹੋਵੇ ਜਾਂ ਦਲਜੀਤ ਦਸਾਂਝ ਇਥੋਂ ਤੱਕ ਜੱਸੜ ਵਰਗਾ ਵੀ ਦਾੜੀ ਕੱਟਦਾ ਜਿਹਦੇ ਰਿਸ਼ਤੇਦਾਰ ਅਤੇ ਟੱਬਰ ਅਖੰਡ ਕੀਰਤਨੀਆਂ ਕਹਾਉਂਦਾ ਉਹ ਵੀ ਨਾਈ ਦੇ ਜਾਂਦਾ ਏ ਜਾਓ ਤਾਂ ਉਧਰ ਜੇ ਨਾ ਚਾਹੁੰਦੇ ਕਰਕੇ ਭੇਜੇ ਗੁੰਡਿਆਂ ਆਪਣੇ ਧਾਰਮਿਕ ਜਥੇਦਾਰਾਂ ਨਾਲ ਸਲਾਹ ਕਰਕੇ ਦੱਸ ਦਿਓ ਲੋਕਾਂ ਨੂੰ ਇਹ ਦਸਤਾਰ ਗੁਰੂਆਂ ਨੇ ਦਿੱਤੀ ਹੈ ਜਾਂ ਭਿੰਡਰਾਂ ਵਾਲੇ ਨੇ ਕੁਲਦੀਪ ਸਿੰਘ ਤਾਂ ਤੁਹਾਡੇ ਇਸ ਪੋਸਟ ਦੇ ਸਬੰਧ ਵਿੱਚ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਿਓ ਜੀ ਜੇਕਰ ਪਹਿਲੀ ਵਾਰ ਤੁਸੀਂ ਇਸ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ